ਯਾਰੀ ਨੀ ਚੁਕਾਰੇ ਆ, ਪੱਠੇ ਪਾਉਂਦੇ ਆ, ਉਹਨਾਂ ਦੀ ਗੱਡੀ ਚਲਾਉਂਦੇ ਆ, ਉਹਨੂੰ ਤਾਂ ਛੱਡੋ ਜੀ, ਅਕਾਲੀ ਦਲ ਦੇ ਲੀਡਰਾਂ ਦੀ ਗੱਡੀ ਚਲਾਉਂਦੇ ਆ। ਸਾਰੇ ਹੀ ਕਹਿੰਦੇ ਆ ਨਾ, ਜਦੋਂ ਚਿਰ ਕਾਬਜ ਨਹੀਂ ਹੁੰਦੇ, ਉਦੋਂ ਬਾਅਦ ਦੇ ਵਿੱਚ ਕੁਰਬਾਨੀਆਂ ਜਿਹੜੀਆਂ ਮੁਲਾਜ਼ਮਾਂ ਤੇ ਧੱਕਾ ਕਰਨ ਲਈ ਵਰਤੀਆਂ ਜਾਂਦੀਆਂ। ਰੋ ਰਹੇ ਆ ਅਸੀਂ, ਸਹਿਰ ਨੂੰ ਨੀ ਰੋ ਰਹੇ, ਪੈਰ ਨੂੰ ਰੋ ਰਹੇ ਆ, ਜਿਹੜਾ ਦੁਨੀਆਂ ਨੂੰ ਛੱਡ ਕੇ ਚਲਾ ਗਿਆ, ਤਿੰਨ ਪਿੱਛੇ ਸਾਨੂੰ ਹੋਰ ਚਮੇਰ ਵਿੱਚ ਸਾਰਾ ਜਲੂਸ ਨਿਕਲੇਗਾ। ਇਹਦੇ ਮਾਰਚ ਵੀ ਕੱਢੇ ਜਾਣਗੇ, ਲਿਸਟਾਂ ਸਾਡੇ ਕੋਲ ਹੋਣਗੀਆਂ, ਅਸੀਂ ਸ਼ਹਿਰ ਸ਼ਹਿਰ ਚ ਮਾਰਚ ਕੱਢਾਂਗੇ, ਅਸੀਂ ਇਹਨਾਂ ਦਾ ਜਲੂਸ ਕੱਢਾਂਗੇ। ਕੱਢਣ ਤੋਂ ਪਹਿਲਾਂ ਕਿਉਂ ਨੀ ਕਾਬੂ ਨੂੰ ਦਿੱਤਾ ਕਿ ਸਿਰਫ ਸਿੱਖਾਂ ਦੇ ਖਿਲਾਫ਼ ਹੀ ਸਾਡਾ ਇੱਕ ਅੜੀ ਰੱਖਣੀ ਹੈ, ਵੀ ਅਸੀਂ ਸੜਕਾਂ ਤੇ ਹੀ ਰਹਿਣਾ, ਲੋਕਾਂ ਦੀ ਐਨਰਜੀ ਵੇਸਟ ਕਰਨੀ। ਪਰ ਜਿਹੜੇ ਤੁਸੀਂ ਮੁਲਾਜ਼ਮਾਂ ਦਾ ਨਾਮ ਲੈ ਰਹੇ ਹੋ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਹਨਾਂ ਦੀ ਲਿਸਟ ਬਣਾ ਕੇ ਤੁਸੀਂ ਧਾਮੀ ਸਾਹਿਬ ਨੂੰ ਭੇਜੀ, ਇਹਨੇ ਮੇਲ ਕੀਤੀ ਹੈ, ਮੇਰਾ ਚੱਕੋ ਬਈ ਇਹ ਫਲਾਣੇ ਮੁਲਾਜ਼ਮ ਫਲਾਣੀ ਥਾਂ ਤੇ ਚੱਕ ਗਿਆ, ਇਹ ਅੱਜ ਵਾਰ ਤਨਖਾਹ ਜਗਮੀਤ ਦੇ ਰਿਹਾ, ਡਿਊਟੀ ਜਗਮੀਤ ਦੀ ਲੰਗੀ, ਭਾਂਡੇ ਮਾਂਜਣ ਦੀ ਤੇ ਜਗਮੀਤ ਤਨਖਾਹ ਦੇ ਰਿਹਾ, ਉਹ ਭਾਵੇਂ ਨੌਕਰ ਮਾਂਜ ਦੇਵੇ ਭਾਵੇਂ ਜਗਮੀਤ ਸਿੱਧੇ ਮਾਂਜ ਦੇਵੇ। ਨਹੀਂ ਪਰ ਇਹਦੇ ਬਾਦਲਾਂ ਦਾ ਕੀ ਸਬੰਧ ਹੈ? ਗੁਰੂ ਘਰ ਸੇਵਾ ਆ ਕੇ ਕੌਣ ਕਰੂਗਾ, ਕਿਉਂਕਿ ਗੁਰੂ ਗੁਰੂ ਤਾਂ ਇਹਨਾਂ ਦੀ ਸੇਵਾ ਕਰਦਾ ਫਿਰਦਾ। ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਜਗਮੀਤ ਸਿੰਘ ਖੱਪਿਆਂ ਵਾਲੀ, ਅੱਜ ਅਸੀਂ ਗੱਲਬਾਤ ਕਰਾਂਗੇ ਅਕਾਲੀ ਦਲ ਦੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ। ਸਾਡੇ ਕੋਲ ਭੁੱਲਰ ਸਾਹਿਬ ਪਹੁੰਚੇ ਨੇ, ਇਹਨਾਂ ਨੇ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਮੁਲਾਜ਼ਮਾਂ ਦੇ ਨਾਲ ਬੜਾ ਅੱਤਿਆਚਾਰ ਤੇ ਧੱਕਾ ਹੋ ਰਿਹਾ। ਧੱਕਾ ਕਿਸ ਤਰ੍ਹਾਂ ਦਾ ਹੋ ਰਿਹਾ, ਕੀ ਗੱਲਬਾਤ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਵਾਗਤ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲਰ ਸਾਹਿਬ ਕੀ ਹੋ ਗਿਆ, ਬੜਾ ਸ਼੍ਰੋਮਣੀ ਕਮੇਟੀ ਤੇ ਇੰਟਰਵਿਊ ਤੋਂ ਪਹਿਲਾਂ ਬੜੇ ਅੱਕੇ ਬੈਠੇ ਸੀ, ਅੱਜ ਕੀ ਗੱਲ ਆ? ਗੱਲ ਇਹ ਹੈ ਕਿ 1920 ਦੇ ਵਿੱਚ ਮਹੰਤਾਂ ਨੂੰ ਕੱਢ ਕੇ ਸਾਡੇ ਵੱਡੇ ਵਡੇਰਿਆਂ ਨੇ ਸ਼੍ਰੋਮਣੀ ਕਮੇਟੀ ਬਣਾਈ ਸੀ ਕਿ ਇੱਥੇ ਚੰਗੇ ਪ੍ਰਬੰਧ ਹੋਣਗੇ, ਪਰ ਅੱਜ ਪ੍ਰਬੰਧ ਉਹਦੇ ਨਾਲੋਂ ਵੀ ਮਾੜੇ ਹੋ ਗਏ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਮੁਲਾਜ਼ਮ ਰੱਖੇ ਹੋਏ ਆ, ਉਹ ਤਨਖਾਹ ਤਾਂ ਬਾਬੇ ਨਾਨਕ ਦੇ ਘਰੋਂ ਲੈਂਦੇ ਆ, ਕੰਮ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਅਕਾਲੀ ਦਲ ਦੇ ਲੀਡਰਾਂ ਦੇ ਘਰੇ ਨਿੱਜੀ ਕੰਮ ਕਰਦੇ ਆ। ਬੜਾ ਦੁੱਖ ਹੋਇਆ ਕਿ ਬਾਬੇ ਨਾਨਕ ਦੇ ਘਰੋਂ ਤਨਖਾਹ ਜਾਂਦੀ ਹੈ ਅਤੇ ਕੰਮ ਅਕਾਲੀ ਦਲ ਦੇ ਲੀਡਰਾਂ ਦੇ ਨਿੱਜੀ ਹੁੰਦੇ ਹੈ। ਇਹਦਾ ਤਾਂ ਇਹ ਮਤਲਬ ਹੋ ਗਿਆ ਕਿ ਇਹਨਾਂ ਨੇ ਉਹ ਕੰਮ ਕਰ ਵਿਖਾਇਆ ਜਿਹੜਾ ਰੰਗ ਜੇ ਭਰਾ ਤੋਂ ਵੀ ਨਹੀਂ ਹੋਇਆ। ਉਹਨਾਂ ਨੇ ਗੁਰੂ ਨਾਨਕ ਦੇ ਘਰ ਤੋਂ ਭਾਂਡੇ ਨਹੀਂ ਮਜਾਏ ਸੀਗੇ, ਇਹਨਾਂ ਨੇ ਤਾਂ ਉਹ ਵੀ ਚੰਦ ਚੜ੍ਹਾ ਦਿੱਤੇ ਵੀ ਗੁਰੂ ਨਾਨਕ ਸਾਹਿਬ ਦੇ ਘਰਦਿਆਂ ਤੋਂ ਭਾਂਡੇ ਵੀ ਮਜਵਾ ਦਿੱਤੇ, ਗੁਰੂ ਨਾਨਕ ਦਾ ਘਰ ਤੋਂ ਹੀ ਭਾਂਡੇ ਮਜਵਾਏ ਆ, ਮੁਲਾਜ਼ਮ ਗੁਰੂ ਘਰ ਦੇ ਆ। ਮੈਂ ਗੁਰੂ ਘਰ ਦੇ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਦਾ ਵੀ 7-7-8-8 ਹਜ਼ਾਰ ਰੁਪਈਆ ਤਨਖਾਹ ਲੈ ਕੇ ਆਪਦੀ ਜ਼ਮੀਰ ਨੂੰ ਜਗਾਓ, ਕਿਉਂ ਤੁਹਾਡੀ ਜ਼ਮੀਰ ਮਰ ਗਈ ਆ? 7-8 ਹਜ਼ਾਰ ਦੇ ਕਿਤੇ ਵੀ ਕੰਮ ਕਰ ਲਓਗੇ, ਤੁਸੀਂ ਕਿਉਂ ਗੁਰੂ ਨਾਨਕ ਦੇ ਘਰ ਨੂੰ ਠੱਗ ਕੇ ਤਨਖਾਹ ਉੱਥੋਂ ਲੈਂਦੇ ਹੋ ਤੇ ਕੰਮ ਇਹਨਾਂ ਦੇ ਘਰੇ ਕਰਦੇ ਹੋ? ਸਾਰੇ ਤਾਂ ਨਹੀਂ ਕੁਝ, ਸਾਰੇ ਤਾਂ ਨਹੀਂ ਕੁ, ਜਿਹੜੇ ਕਰਦੇ ਆ ਮੈਂ ਉਹਨਾਂ ਦੀ ਗੱਲ ਕਰਦਾ, ਜਿਹੜਾ ਨਹੀਂ ਕਰਦਾ ਉਹ ਵੀ ਪਤਾ ਲੱਗ ਜੂਗਾ। ਪਰ ਆਲੇ ਦੁਆਲੇ ਸਾਰੇ ਵੇਖੋ ਆਪਦੇ
ਤੁਹਾਡੇ ਵੀ ਸ਼ਹਿਰ ਦੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਹੋਣੇ ਆ ਵੀ ਉੱਥੇ ਵੇਖੋ ਕਿੰਨੇ ਕਿੰਨੇ ਮੁਲਾਜ਼ਮ ਕੰਮ ਕਰਦੇ ਆ, ਤੁਹਾਨੂੰ ਵੀ ਵੇਖਣਾ ਚਾਹੀਦਾ। ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਸਾਰੇ ਕੱਚੇ ਚਿੱਠੇ ਕੱਢ ਕੇ ਬਾਹਰ ਲਿਆਂਦੇ ਜਾਣ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ, ਅਕਾਲੀ ਦਲ ਦੇ ਪ੍ਰਧਾਨ ਨੂੰ ਪੜਚੋਲ ਕਰਨੀ ਚਾਹੀਦੀ ਹੈ ਕਿ ਹੁਣ ਮਾਫੀਆਂ ਮੰਗਦੇ ਫਿਰਦੇ ਆ ਦਰਬਾਰ ਸਾਹਿਬ, ਇਹ ਵੀ ਕਿਸੇ ਦਿਨ ਮੰਗਣੀਆਂ ਪੈਣੀਆਂ ਜਿਹੜੇ ਗੁਰੂ ਨਾਨਕ ਦੇ ਘਰ ਤੋਂ ਭਾਂਡੇ ਮਜਵਾਏ ਆ। ਮੈਂ ਉਹਨਾਂ ਮੁਲਾਜ਼ਮਾਂ ਨੂੰ ਵੀ ਕਹਿੰਦਾ ਆਪਦੀ ਜ਼ਮੀਰ ਨੂੰ ਜਗਾਓ ਤੇ ਆ ਕੇ ਲੋਕਾਂ ਨੂੰ ਦੱਸੋ ਭਾਈ ਸਾਡੇ ਕੋਲੋਂ ਨਿੱਜੀ ਕੰਮ ਕਰਾਉਂਦੇ ਆ ਤੇ ਗੁਰੂ ਨਾਨਕ ਦੇ ਘਰ ਜਾ ਕੇ ਸੇਵਾ ਕਰਨ, ਜੇ ਤਨਖਾਹ ਲੈਣੀ ਆ ਨਹੀਂ ਤਾਂ ਤੁਸੀਂ ਅਸਤੀਫੇ ਦੇ ਕੇ ਆ ਜਾਣ। ਜੇ ਕੋਈ ਦੋ ਚਾਰ ਬੰਦੇ ਅਸਤੀਫੇ ਦੇ ਕੇ ਆਉਣਗੇ, ਮੈਂ ਵਾਅਦਾ ਕਰਦਾ ਗੁਰੂ ਦਾ ਸਿੱਖ ਹੋਣ ਦੇ ਨਾਤੇ ਕਿ ਮੈਂ ਉਹਨਾਂ ਨੂੰ 10,000 ਦੀ ਨੌਕਰੀ ਲਵਾਂਗਾ ਸਾਰੀ ਉਮਰ ਲਈ ਜਿੰਨਾ ਚਿਰ ਉਹ ਜਾਂਦੇ ਆ ਤੇ ਉੱਥੋਂ ਜ਼ਮੀਨ ਨਾ ਹੋਵੇ। ਭੁੱਲਰ ਸਾਹਿਬ ਤੁਹਾਡੇ ਬਾਰਗ ਲੈਣ ਲੱਗੀ ਹੋਵੇ ਤੇ ਬਾਅਦ ਚ ਤੁਸੀਂ ਦੋ ਚਾਰ ਕਿਹਾ, ਮੈਂ ਚਾਰ ਦੋ ਚਾਰ ਬੰਦੇ ਜ਼ਮੀਨ ਜਗਾਉਣ ਮੈਂ ਉਹਨਾਂ ਨੂੰ ਨੌਕਰੀ ਦੇ ਸਕਦਾ, ਮੈਂ ਝੂਠਾ ਵਾਅਦਾ ਨਹੀਂ। ਮੈਂ ਗੁਰੂ ਬਾਕੀ ਜਗਾਉਣ ਉਹ ਕਿਤੇ ਹੋਰ ਨੌਕਰੀ ਕਰ ਲੈਣ, ਬਥੇਰੇ ਕੰਮ ਹੈਗੇ ਆ, ਬੜੇ ਕੰਮ ਆ। 10,000 ਰੁਪਇਆ ਤਨਖਾਹ ਦਾ ਜੇ ਗਾਰਡ ਉੱਪਰ ਰੱਖੀਏ ਤਾਂ ਕਲੋਨੀ ਦੇ ਬਾਹਰ ਉੱਥੇ ਦੇ ਦੇਗਾ। ਮੈਂ 10,000 ਰੁਪਇਆ ਤਨਖਾਹ 11,000 ਦੇਣ ਡਿਆ ਜਿਹੜੇ ਗਾਰਡ ਰੱਖੇ ਹੋਏ ਆ, ਆ ਜਾਣ। ਪਰ ਘਰ ਤਾਂ ਕਿਸੇ ਨੇ ਨੀ ਨਾ ਕਰਨੀ, ਜਿਹੜਾ ਇੱਥੇ ਕਾਬਜ ਹੋਊਗਾ ਕਰਨੀ ਤਾਂ ਉਹਨੇ ਵੀ ਉਵੇਂ ਹੀ ਹੈ ਨਾ। ਪਰ ਬਥੇਰੇ ਭੁੱਲਰ ਵਰਗੇ ਆਵਾਜ਼ ਚੁੱਕਣ ਵਾਲੇ ਤੁਰੇ ਆਉਣਗੇ, ਜੇ ਕੋਈ ਹੋਰ ਆਊਗਾ ਜਿਹੜਾ ਕਿਤੇ ਹੋਰ ਇੱਥੇ ਆਊਗਾ ਉਹਦੇ ਖਿਲਾਫ਼ ਵੀ ਬੋਲਿਆ ਜਾ ਸਕਦਾ। ਪਰ ਜਿਹੜੇ ਅੱਜ ਅਸੀਂ ਅੱਜ ਦੇ ਹਾਲਾਤ ਤੇ ਗੱਲ ਕਰ ਰਹੇ ਹਾਂ ਵੀ ਅੱਜ ਕੀ ਹੋ ਰਿਹਾ, ਇਹ ਤੱਕ ਤਾਂ ਮੈਂ ਮੰਨ ਸਕਦਾ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮ ਹੋਵੇ ਤੇ ਉਹਦੇ ਨਾਲ ਇੱਕ ਸ਼੍ਰੋਮਣੀ ਕਮੇਟੀ ਸੋਰੀ ਮੈਂਬਰ ਦੇ ਨਾਲ ਇੱਕ ਮੁਲਾਜ਼ਮ ਜਿਹੜਾ ਹੈ ਉਹਨੂੰ ਨਿੱਜੀ ਕੰਮ ਲਈ ਵਰਤ ਰਿਹਾ ਹੋਵੇ, ਉਹਨੂੰ ਡੈਰੀ ਚੁਕਾਤੀ ਜਾਂ ਨਾਲ ਨਾਲ ਲਈ ਫਿਰਦਾ, ਡੈਰੀ ਨਹੀਂ ਕਹਿੰਦੇ ਕਿ ਭਾਂਡੇ ਮਜਾ ਰਹੇ, ਡੈਰੀ ਨਹੀਂ ਚੁਕਾ ਰਿਹਾ, ਪੱਠੇ ਪਾਉਂਦੇ ਆ, ਉਹਨਾਂ ਦੀ ਗੱਡੀ ਚਲਾਉਂਦੇ ਆ। ਮਦਰ ਉਹਨੂੰ ਤਾਂ ਛੱਡੋ ਜੀ, ਅਕਾਲੀ ਦਲ ਦੇ ਲੀਡਰਾਂ ਦੀ ਗੱਡੀ ਚਲਾਉਂਦੇ ਆ। ਮੈਂ ਮੁਲਾਜ਼ਮ ਦਾ ਨਾਂ ਲੈਣਾ ਪਰ ਉਹਦੀ ਨੌਕਰੀ ਨਾ ਚਲੀ ਜਾਵੇ, ਉਹਦਾ ਸ਼੍ਰੋਮਣੀ ਕਮੇਟੀ ਮੈਂਬਰ ਵੀ ਨਹੀਂ ਗਾ, ਪਰ ਉਹਦਾ ਨਾਂ ਘੱਟ ਦਿਆ ਜੇ, ਉਹਨੂੰ ਮਰਵਾ ਨਾ ਦਿਆ ਜੇ। ਆਉਣ ਵਾਲੇ ਸਮੇਂ ਦੇ ਵਿੱਚ ਗੱਲਾਂ ਬਹੁਤ ਹੋਰ ਟੇਢੀਆਂ ਨੇ ਨਿਕਲ ਕੇ ਆ ਜਾਣਗੀਆਂ ਹੁੰਦੀਆਂ, ਵੇਖਿਓ ਕਿਤੇ। ਕੋਈ ਗੱਲ ਨੀ, ਹਰ ਕੁਰਬਾਨੀ ਕਰਨ ਲਈ ਤਿਆਰ ਆ ਗੁਰੂ ਘਰ ਵਾਸਤੇ, ਜੋ ਵੀ ਹੋਏਗਾ। ਮੈਂ ਇਹ ਗੱਲ ਤਾਂ ਪਹਿਲਾਂ ਸਾਰੇ ਹੀ ਕਹਿੰਦੇ ਆ ਨਾ, ਜਦੋਂ ਜਦ ਕਾਬਜ਼ ਨਹੀਂ ਹੁੰਦੇ ਗੇ ਉਦੋਂ ਬਾਅਦ ਦੇ ਵਿੱਚ ਕੁਰਬਾਨੀਆਂ ਜਿਹੜੀਆਂ ਮੁਲਾਜ਼ਮਾਂ ਤੇ ਧੱਕਾ ਕਰਨ ਲਈ ਵਰਤੀਆਂ ਜਾਂਦੀਆਂ। ਨਹੀਂ ਇਹ ਨਹੀਂ ਹੋਊਗਾ, ਕਿਤੇ ਇਹ ਤੁਹਾਡਾ ਮਕਸਦ ਨਾਲ ਤਾਂ ਮੈਂ ਸ਼੍ਰੋਮਣੀ ਕਮੇਟੀ ਦਾ ਲੱਛਣ ਲੜਨਾ ਜੀ। ਸਭ ਤੋਂ ਪਹਿਲਾਂ ਮੈਂ ਜਗਮੀਤ ਖਾਪੇ ਵਾਲੇ ਨੂੰ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਕੋਈ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਨਹੀਂ ਲੜਨਾ। ਪਰ ਜੋ ਸ਼੍ਰੋਮਣੀ ਕਮੇਟੀ ਜੋ ਵਧੀਕੀਆਂ ਹੋਣਗੀਆਂ ਉੱਥੇ ਕੋਈ ਵੀ ਕਾਗਜ਼ ਹੋਵੇ ਉਹਦੇ ਵੀ ਉਹਦੇ ਵੀ ਖਿਲਾਫ਼ ਬੋਲਾਂਗੇ, ਚਾਹੇ ਉੱਥੇ ਭਾਈ ਰਣਜੀਤ ਸਿੰਘ ਆ ਜੇ, ਕੱਲ੍ਹ ਤੋਂ ਸਿਮਰਜੀਤ ਸਿੰਘ ਮਾਨ ਕਾਬਜ਼ ਹੋਵੇ। ਜੇ ਘਰ ਦੇ ਪੱਠੇ ਭਾਂਡੇ ਮਜਵਾਊਗਾ ਜਾਂ ਡਰਾਈਵਰੀਆਂ ਕਰਾਊਗਾ ਉਹਨਾਂ ਦੇ ਖਿਲਾਫ਼ ਵੀ ਬੋਲਾਂਗੇ। ਜਸਵੀਰ ਭੁੱਲਰ ਦੀ ਆਵਾਜ਼ ਜਿੰਨਾ ਚਿਰ ਗੁਰੂ ਸਾਹਿਬ ਨੇ ਸਾਹ ਦਿੱਤੇ ਹੈ ਇਸ ਤਰ੍ਹਾਂ ਹੀ ਨਿਕਲਦੀ ਰਹੂਗੀ। ਤਾਂ ਲੱਗਦਾ ਕਿ ਮੁਲਾਜ਼ਮਾਂ ਨਾਲ ਧੱਕਾ ਹੁੰਦਾ, ਮੁਲਾਜ਼ਮਾਂ ਨਾਲ ਧੱਕਾ ਤਾਂ ਮੈਂ ਕਹਿੰਦਾ ਜੀ, ਮੁਲਾਜ਼ਮਾਂ ਨਾਲ ਧੱਕਾ ਹੁੰਦੀ ਤਾਂ ਗੱਲ ਹੀ ਨਹੀਂ, ਗੱਲ ਤਾਂ ਗੁਰੂ ਘਰ ਦੀ ਹੈ ਵੀ ਗੁਰੂ ਘਰ ਤਨਖਾਹ ਦਿੰਦਾ ਭਾਂਡੇ, ਕਿਉਂਕਿ ਗੁਰੂ ਘਰ ਤੋਂ ਭਾਂਡੇ ਮਜਾਏ ਜਾ ਰਹੇ ਆ। ਮੈਂ ਮੁਲਾਜ਼ਮਾਂ ਦੀ ਗੱਲ ਹੀ ਨਹੀਂ ਕਰਦਾ, ਗੁਰੂ ਘਰ ਤੋਂ ਬਾਦਲ ਦਾ ਲਾਣਾ ਭਾਂਡੇ ਮਜਵਾ ਰਿਹਾ। ਨਹੀਂ ਬਾਦਲਾਂ ਦਾ ਕੀ ਸੰਬੰਧ ਹੈ, ਮਾੜੇ ਤਾਂ ਕੁਛ ਲੀਡਰ
ਕੋਆਰਡੀਨੇਟਰ ਕਿਉਂ ਵੇਖੋ ਮੁਖੀ ਕੌਣ ਹੈ ਜੇ ਚਾਰ ਪੁੱਤ ਨੇ ਜੇ ਇੱਕ ਪੁੱਤ ਮਾੜਾ ਤਾਂ ਪਿਓ ਨੂੰ ਹੀ ਲਾਂਭਾ ਆਉਣਾ ਜੇ ਜਗਮੀਤ ਧਾਰੀ ਚਾਰ ਭਰਾ ਨੇ ਉਹਦੇ ਡੈਡੀ ਨੂੰ ਹੀ ਲਾਂਭਾ ਆਊਗਾ ਕਿਹਨੂੰ ਆਊਗਾ ਹਾਂ ਕਿਉਂਕਿ ਅਕਾਲੀ ਦਲ ਦਾ ਪ੍ਰਧਾਨ ਹੋਇਆ ਸ਼੍ਰੋਮਣੀ ਕਮੇਟੀ ਉਹਨਾਂ ਨੇ ਜਿੱਤੀ ਆ ਸਾਰੇ ਮੈਂਬਰ ਉਹਨਾਂ ਦੇ ਆ ਉਹ ਇੱਕ ਠੋਕ ਕੇ ਕਹਿੰਦੇ ਅਸੀਂ ਬਾਦਲ ਦੇ ਮੈਂਬਰ ਹਾਂ ਰਵਿੰਦਰ ਕਾਹਲੋਂ ਕਹਿੰਦਾ ਉਹਨੂੰ ਟਿਕਟਾਂ ਦਿੱਤੀਆਂ ਅਕਾਲੀ ਦਲ ਨੇ ਟਿਕਟ ਦਿੱਤੀ ਆ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਲਈ ਫਿਰਦਾ ਬਾਦਲ ਦੀ ਸ਼ਹਿਰ ਤੋਂ ਬਿਨਾਂ ਮਿਲਣ ਲਈ ਫਿਰਦਾ ਇਸ ਕਰਕੇ ਸਾਰਾ ਕੁਛ ਇਹਨੂੰ ਤੁਸੀਂ ਇਹਨੂੰ ਨਿੱਕੀ ਗੱਲ ਲੈ ਕੇ ਨਾ ਚੱਲੋ ਜੇ ਜਗਮੀਤ ਸਿੰਘ ਇੱਕ ਨੌਕਰ ਰੱਖ ਕੇ ਜਸਵੀਰ ਭੁੱਲਰ ਦੇ ਭਾਂਡੇ ਮਜਾਉਂਦਾ ਤੇ ਇਹਦਾ ਮਤਲਬ ਜਗਮੀਤ ਭਾਂਡੇ ਮੇਰੇ ਮਾਂਜ ਰਿਹਾ ਤਨਖਾਹ ਜਗਮੀਤ ਦੇ ਰਿਹਾ ਡਿਊਟੀ ਜਗਮੀਤ ਦੀ ਲੱਗੀ ਭਾਂਡੇ ਮਾਂਜਣ ਦੀ ਤੇ ਜਗਮੀਤ ਤਨਖਾਹ ਦੇ ਰਿਹਾ ਉਹ ਭਾਵੇਂ ਨੌਕਰ ਮਾਂਜ ਦੇਵੇ ਭਾਵੇਂ ਜਗਮੀਤ ਸਿੱਧੇ ਮਾਂਜ ਦੇਵੇ ਤਾਂ ਗੁਰੂ ਨਾਨਕ ਦੇ ਘਰ ਤੋਂ ਭਾਂਡੇ ਮਜਵਾਏ ਜਾਂਦੇ ਆ ਜਗਮੀਤ ਜੀ ਹਾਂ ਅਸੀਂ ਤਾਂ ਰੋਣਾ ਇਹ ਰੋ ਰਹੇ ਹਾਂ ਅਸੀਂ ਸਹਿ ਨੂੰ ਨਹੀਂ ਰੋ ਰਹੇ ਪਹਿ ਨੂੰ ਰੋ ਰਹੇ ਹਾਂ ਜਿਹੜਾ ਦੁਨੀਆਂ ਨੂੰ ਛੱਡ ਕੇ ਚਲਾ ਗਿਆ ਤਿੰਨ ਪਿੱਛੇ ਸਾਨੂੰ ਹੋਰ ਚਮੇੜ ਗਿਆ ਸੁਖਬੀਰ ਸਿੰਘ ਬਾਦਲ ਵਿਕਰਮ ਮਜੀਠੀਆ ਤੇ ਹਰਸਿਮਰਨ ਕੌਰ ਬਾਦਲ ਇਹ ਸਾਡੇ ਕੋਲੋਂ ਕੀ ਕਰਾਉਂਦੇ ਪਏ ਨੇ ਮੈਨੂੰ ਤਾਂ ਇੱਥੋਂ ਤੱਕ ਲੱਗਦਾ ਕਿ ਸਾਰੇ ਮੀਰ ਘਰਾਂ ਦੇ ਆ ਇਹਦੇ ਪਿੱਛੇ ਵੀ ਕੋਈ ਤਾਕਤ ਹੈ ਗੁਰੂ ਘਰ ਦੀ ਮਰਿਆਦਾ ਨੂੰ ਘਟਾਉਣ ਲਈ ਗੁਰੂ ਘਰ ਸੇਵਾ ਆ ਕੇ ਕੌਣ ਕਰੂਗਾ ਕਿਉਂਕਿ ਗੁਰੂ ਗੁਰੂ ਤਾਂ ਇਹਨਾਂ ਦੀ ਸੇਵਾ ਕਰਦਾ ਫਿਰਦਾ ਫਿਰ ਅਸੀਂ ਸਿੱਧੀ ਇਹਨਾਂ ਦੀ ਕਾਰਾਵਾਂ ਕਰਾਂਗੇ ਅਸੀਂ ਇਹ ਰੋਣੇ ਨੂੰ ਰੋ ਰਹੇ ਨੂੰ ਮੈਨੂੰ ਤਾਂ ਨਾ ਕੋਈ ਮੁਲਾਜ਼ਮਾਂ ਨਾਲ ਵੀ ਵਾੜਾ ਨਹੀਂ ਹੈਗਾ ਮੁਲਾਜ਼ਮ ਤਾਂ ਆਪਦੀ ਅਣਖ ਮਾਰ ਕੇ ਬੈਠੇ ਹੋਏ ਮੁਲਾਜ਼ਮਾਂ ਨਾਲ ਨਹੀਂ ਹੈਗੇ ਗੁਰੂ ਘਰ ਨਾਲ ਧੱਕਾ ਇਸ ਕਰਕੇ ਚੀਕਾਂ ਮਾਰਦੇ ਆ ਰਾਤ ਨੂੰ ਨੀਂਦ ਨਹੀਂ ਆਉਂਦੀ ਹਾਂਜੀ ਤੈਨੂੰ ਲੱਗਦਾ ਕਿ ਮੁਲਾਜ਼ਮਾਂ ਦੇ ਨਾਲ ਧੱਕਾ ਜਿਹੜਾ ਹੋ ਰਿਹਾ ਉਹ ਨੀ ਧੱਕਾ ਗੁਰੂ ਘਰ ਦੀ ਗੋਲਕ ਨਾਲ ਧੱਕਾ ਗੁਰੂ ਘਰ ਭਾਂਡੇ ਗੁਰੂ ਇਹਦਾ ਮਤਲਬ ਕਿ ਗੁਰੂ ਘਰ ਤੋਂ ਭਾਂਡੇ ਮੰਗਵਾ ਜਾ ਰਹੇ ਕੀ ਇਹ ਹਰੇਕ ਹਲਕੇ ਚ ਹੋ ਰਿਹਾ ਇਹ ਲੋਕ ਵੇਖਣ ਜਿੱਥੇ ਜਿੱਥੇ ਮੈਨੂੰ ਪਤਾ ਗੁਰਚਰਨ ਸਿੰਘ ਤੋੜੇ ਦੇ ਘਰ ਪਤਾ ਨੀ ਅੱਜ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਹੈਗਾ ਜਾਂ ਨਹੀਂ ਹੈਗਾ ਪੰਜ ਮੈਂਬਰ ਉਹਦੇ ਘਰ ਪੰਜ ਬੰਦੇ ਉਹਦੇ ਘਰ ਇਹ ਜਿਹੜੇ ਤੁਸੀਂ ਤੱਥ ਕੱਢ ਰਹੇ ਹੋ ਕਿ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨੀ ਪਤਾ ਸਭ ਪਤਾ ਹੋਊਗਾ ਇਹ ਮੈਨੇਜਰਾਂ ਨੂੰ ਵੀ ਪਤਾ ਹੋ ਮੈਨੇਜਰਾਂ ਨੂੰ ਪੁੱਛੇ ਭਾਈ ਮੈਂ ਇਹ ਸਵਾਲ ਲੱਗਦਾ ਸੀ ਕਿ ਮੈਨੇਜਰਾਂ ਦੇ ਅੰਡਰ ਸਾਰਾ ਘਪਲਾ ਹੋ ਰਿਹਾ ਸਾਰਾ ਮੈਨੇਜਰਾਂ ਦੇ ਐਂਟਰੀ ਹੋ ਰਿਹਾ ਮੈਨੇਜਰਾਂ ਕੋਲ ਹਾਜ਼ਰੀ ਲੱਗਦੀ ਹੈ ਜੇ ਜਾਮਨੀ ਸਾਹਿਬ ਹਾਜ਼ਰੀ ਲੱਗਦੀ ਹੈ ਤਾਂ ਮੁਲਾਜ਼ਮ ਕਿੱਥੇ ਜਾਂਦਾ ਮੈਨੇਜਰ ਨੂੰ ਸਾਰਾ ਪਤਾ ਹੈ ਇਹ ਗੁਰੂ ਘਰ ਦੇ ਰਾਖੇ ਨਹੀਂ ਬੈਠੇ ਉਹਨੂੰ ਜੰਮ ਚਿੰਬੜੇ ਹੋਏ ਆ ਗੁਰੂ ਘਰ ਦਾ ਸਾਰਿਆਂ ਨੂੰ ਮੈਂ ਕਹਿੰਦਾ ਨੀ ਮੈਂ ਤਾਂ ਕਹਿੰਦਾ ਜਿਹੜੇ ਲੁੱਟ ਰਹੇ ਆ ਜਿਹੜੇ ਨਹੀਂ ਲੁੱਟਦੇ ਉਹ ਬੋਲਣ ਉਹਨਾਂ ਨੂੰ ਵੀ ਬੋਲਣਾ ਚਾਹੀਦਾ ਜਿਵੇਂ ਮੈਂ ਪਿੰਡ ਦਾ ਵਿਆਹ ਵੀ ਪਿੱਟਣ ਉਹ ਵੀ ਆ ਕੇ ਮੈਦਾਨ ਤੇ ਦੱਸਣ ਭਾਈ ਆ ਕੁਛ ਹੋਣ ਡਿਆ ਪਰ ਜਿਹੜੇ ਤੁਸੀਂ ਮੁਲਾਜ਼ਮਾਂ ਦਾ ਨਾਮ ਲੈ ਰਹੇ ਹੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਹਨਾਂ ਦੀ ਲਿਸਟ ਬਣਾ ਕੇ ਤੁਸੀਂ ਧਾਮੀ ਸਾਹਿਬ ਨੂੰ ਭੇਜੀ ਇਹਨੇ ਮੇਲ ਕੀਤੀ ਹੈ ਮੇਰਾ ਚੱਕੋ ਭਾਈ ਫਲਾਣੇ ਮੁਲਾਜ਼ਮ ਫਲਾਣੀ ਥਾਂ ਤੇ ਇਹ ਅੱਜ ਵਾਰਲਿੰਗ ਦੇ ਰਹੇ ਅਗਲੇ ਦਿਨਾਂ ਵਿੱਚ ਸਾਰਾ ਜਲੂਸ ਨਿਕਲੇਗਾ ਇਹਦੇ ਮਾਰਚ ਵੀ ਕੱਢੇ ਜਾਣਗੇ ਲਿਸਟਾਂ ਸਾਡੇ ਕੋਲੇ ਹੋਣਗੀਆਂ ਅਸੀਂ ਸ਼ਹਿਰ ਸ਼ਹਿਰ 'ਚ ਮਾਰਚ ਕੱਢਾਂਗੇ ਅਸੀਂ ਇਹਨਾਂ ਦਾ ਜਲੂਸ ਕੱਢਾਂਗੇ ਹਾਂ ਅਸੀਂ ਪਿੰਡਾਂ ਦੇ ਵਿੱਚ ਜਲੂਸ ਕੱਢਣ ਤੋਂ ਪਹਿਲਾਂ ਕਿਉਂ ਨਹੀਂ ਇੱਕ ਆਗੂ ਨੇ ਦਿੱਤਾ ਕਿ ਸਿਰਫ ਸਿੱਖਾਂ ਦੇ ਖਿਲਾਫ ਹੀ ਸਾਡਾ ਇੱਕ ਅੜੀ ਰੱਖਣੀ ਹੈ ਵੀ ਅਸੀਂ ਸੜਕਾਂ ਤੇ ਹੀ ਰਹਿਣਾ ਲੋਕਾਂ ਦੀ એનર્ਜੀ ਵੇਸਟ ਕਰਨੀ ਹੈ ਜੇ ਉਹਦਾ ਮਸਲਾ ਬਹਿ ਕੇ ਹੱਲ ਵੀ ਹੋ ਸਕਦਾ ਹੈ ਤੁਸੀਂ ਮੇਲ ਕਰੋ ਧਾਮੀ ਸਾਹਿਬ ਨੂੰ ਮਿਲੋ ਜੇ ਨਹੀਂ ਗੱਲ ਮੰਨਦਾ ਫਿਰ ਕਰੋ ਕਿਹਨੂੰ ਚਿੱਠੀ ਭੇਜੀਏ ਜਿਹੜੇ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੇ ਸਾਰਾ ਜ਼ੋਰ ਡੇਰੇ ਵਾਲੇ ਨੂੰ ਮਾਫ਼ ਕਰਨ ਵਾਸਤੇ ਲਾਤਾ ਉਹਨਾਂ ਲੋਕਾਂ ਕੋਲ ਜਾਈਏ ਉਹ ਤਾਂ ਇਹ ਪ੍ਰਧਾਨ ਨਹੀਂ ਸੀ ਨਾ
ਅਸੀਂ ਅਸੀਂ ਇਹ ਸਾਰੇ ਲਾਣੇ ਨੂੰ ਜਦੋਂ ਸਰਬੱਤ ਖਾਲਸੇ ਦੇ ਵਿੱਚ ਰੱਦ ਕਰ ਚੁੱਕੇ ਹਾਂ। ਪਰ ਸਰਬੱਤ ਖਾਲਸੇ ਦੇ ਪੈਰ ਨਹੀਂ ਨਾੜੇ, ਫਿਰ ਤੁਸੀਂ ਰੱਖੋਗੇ ਕਿਹੜੇ ਪਾਸੇ? ਇੱਕ ਜਿਹੜਾ ਜਹੇਦਾਰ ਥੋਪਿਆ ਸੀ ਉਹ ਤਾਂ ਜੇਲ੍ਹ ਚ ਬੈਠਾ, ਦੂਜਿਆਂ ਦੇ ਪੈਰ ਹੀ ਨਹੀਂ ਸਾਰੇ ਤਿਲ ਕੇ। ਪਰ ਅਸੀਂ ਉਹਨਾਂ ਦੀ ਜ਼ਬਾਨ ਤੋਂ ਆਪਦੀ ਅਰਦਾਸ ਤੋਂ ਪਿੱਛੇ ਨਹੀਂ ਹਟ ਸਕਦੇ। ਅਸੀਂ ਇਹਨਾਂ ਨੂੰ ਤਾਂ ਬਿਲਕੁਲ ਹੀ ਹੁਣ ਨਹੀਂ, ਫਿਰ ਉਹਨਾਂ ਨੂੰ ਵੀ ਠੱਲ ਗਏ ਨਾ ਜੇ ਆਪਾਂ ਆਪਦੀ ਜ਼ਬਾਨ ਤੋਂ ਪਿੱਛੇ ਨਹੀਂ ਹਟ ਸਕਦੇ, ਦੂਜੇ ਦੀ ਬਾਹ ਫੜ ਸਕਦੇ। ਅਸੀਂ ਅਸੀਂ ਅੱਜ ਵੀ ਆਪਦੀ ਅਰਦਾਸ ਤੇ ਖੜੇ ਆ ਤੇ ਅਸੀਂ ਜਿਹਦੀ ਬਾਹ ਫੜਨੀ ਉਹਨੂੰ ਫੜ ਕੇ ਕਹਿੰਦੇ ਵੀ ਆ ਤੇ ਇਹਨਾਂ ਨੂੰ ਵੀ ਆਖੀਦਾ। ਪਰ ਅਸੀਂ ਜਿਹੜਾ ਅਕਾਲ ਤਖ਼ਤ ਦਾ ਜਹੇਦਾਰ ਮੰਨਦੇ ਹਾਂ, ਜਗਤਾਰ ਸਿੰਘ ਹਵਾਰਾ ਨੂੰ ਹੀ ਮੰਨਦੇ ਹਾਂ, ਅਸੀਂ ਇਹਨਾਂ ਨੂੰ ਨਹੀਂ ਮੰਨਦੇ। ਫਿਰ ਜੇ ਤੁਸੀਂ ਕਹਿੰਦੇ ਤੁਸੀਂ ਸਰਬੱਤ ਖਾਲਸਾ ਦੇ ਨਾਲ, ਫਿਰ ਸਰਬੱਤ ਖਾਲਸਾ ਜਹੇਦਾਰ ਕਿੰਨੀ ਕੁ ਪੈਰਵੀ ਕਰ ਰਹੇ, ਕਿੰਨੇ ਕੁ ਦੀ ਬਾਂਹ ਫੜ ਕੇ ਲੈ ਕੇ ਆਏ ਵੀ ਚੱਲ ਫਿਰ ਤੇਰੀ ਇੱਥੇ ਡਿਊਟੀ ਹੈ, ਤੂੰ ਤਨਖਾਹ ਗੁਰੂ ਘਰ ਚੋਂ ਲੈਣਾ ਇੱਥੇ ਕੋ ਬੈਠਾ? ਉਹਨਾਂ ਨੇ ਕਿੱਥੇ ਡਿਊਟੀ ਨਿਭਾਈ, ਮੈਨੂੰ ਇੱਕ ਵੀ ਦੱਸੋ। ਉਹ ਕਿਤੋਂ ਵੀ ਤਨਖਾਹ ਨਹੀਂ ਲੈਂਦੇ, ਉਹ ਨਹੀਂ ਲੈਂਦੇ, ਪਰ ਗੁਰੂ ਘਰ ਦੀ ਜ਼ਿੰਮੇਵਾਰੀ ਤਾਂ ਸਰਬੱਤ ਖਾਲਸਾ ਦੇ ਵਿੱਚ ਲੱਗੀ ਹੈ ਨਾ, ਜ਼ਿੰਮੇਵਾਰੀ ਨਹੀਂ ਪਾ ਸਕਦੇ। ਜਿਹੜੇ ਭੱਜ ਗਏ ਆ, ਭੱਜ ਗਏ ਆ ਜਿਹੜੇ ਕੰਮ ਕਰਦੇ ਪਏ ਸੀ ਉਹਨਾਂ ਦੇ ਨਾਲ। ਕਿਹੜੇ ਕੰਮ ਕਰਦੇ ਨੇ? ਗਹਿਣੇ ਦੋ ਨੇ ਗਿਣਤੀ ਚ, ਤੁਸੀਂ ਕਹਿੰਦੇ ਜਿਹੜੇ ਕੰਮ ਕਰਦੇ, ਜਿਹੜੇ ਭੱਜ ਗਏ? ਦੋ ਭੱਜ ਗਏ, ਦੋ ਰਹਿ ਗਏ। ਜਗਤਾਰ ਸਿੰਘ ਵਾਰਾ ਵੀ ਹੈਗਾ ਭਾਈ, ਦਿਆਲ ਸਿੰਘ ਮਨ ਵੀ ਆਪਦਾ ਕੰਮ ਕਰੀ ਜਾਂਦਾ। ਅੱਜ ਤਾਂ ਹੁਣ ਵੀ ਜਦੋਂ ਭਗਵੰਤ ਮਾਨ ਨੇ ਉੱਥੇ ਗੁਰੂ ਘਰ ਦੇ ਵਿੱਚ ਦਖਲਅੰਦਾਜ਼ੀ ਦਿੱਤੀ, ਅਸੀਂ ਉਹਨੂੰ ਛੇਕਿਆ। ਅੱਜ ਤਾਂ ਆਪਦੀ ਜੋਤ ਤਾਂ ਵਿਖਾਈਏ, ਵਿਖਾਉਂਦੇ ਰਹਾਂਗੇ। ਸਾਨੂੰ ਬਥੇਰੇ ਲੋਕਾਂ ਨੇ ਕਿਹਾ ਵੀ ਛੱਡ ਤੋਂ ਨਹੀਂ ਛੱਡਿਆ, ਅਸੀਂ ਆਪਦੀ ਗੱਲ ਕਰੀ ਜਾਂਦੇ। ਅਸੀਂ ਜੇ ਉਹ ਦੂਜਾ ਕੈਪਟਨ ਅਮਰਿੰਦਰ ਸਿੰਘ ਭੱਜਾ, ਅਸੀਂ ਉਹਨੂੰ ਵੀ ਛੇਕਿਆ। ਅਸੀਂ ਆਪਦਾ ਕੰਮ ਕਰੀ ਜਾਂਦੇ ਹਾਂ। ਅਜੇ ਸਾਡੇ ਕੋਲ ਦੋ ਜਹੇਦਾਰ ਹੈਗੇ ਆ, ਅਸੀਂ ਸਰਬੱਤ ਖਾਲਸੇ ਵਾਲੇ ਜਹੇਦਾਰਾਂ ਨੂੰ ਮੰਨ ਰਹੇ ਹਾਂ, ਅਸੀਂ ਪੰਥ ਇਕੱਠਾ ਕਰ ਰਹੇ ਹਾਂ। ਹੌਲੀ ਹੌਲੀ ਜਗਮੀਤ ਜੀ ਕਿਸੇ ਦਿਨ ਜ਼ਰੂਰ ਸਿੱਟਾ ਨਿਕਲੂਗਾ, ਇਹ ਸਾਰਾ ਕਲੈਂਕ ਧੋਣ ਵਾਸਤੇ ਅਸੀਂ ਪੰਥ ਦੀ ਸੇਵਾ ਕਰੀ ਜਾਣੀ ਹੈ ਅਤੇ ਕਰੀ ਜਾਵਾਂਗੇ।